ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਪਾਰਕ ਦਾ ਜੋ ਕਾਰਜ ਹੈ ਬੜੇ ਹੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਸੇਵਾਦਾਰਾਂ ਦੇ ਜੋਸ਼ ਦਾ ਜੋ ਹੈ, ਜਜ਼ਬਾ ਜੋ ਹੈ, ਬਹੁਤ ਹੀ ਸੱਤਵੇਂ ਆਸਮਾਨ 'ਤੇ ਹੈ। ਸੇਵਾਦਾਰ ਜੋ ਹੈ ਕਹਿੰਦੇ ਨੇ ਕਿ ਅਸੀਂ ਜਲਦ ਤੋਂ ਜਲਦ ਪਾਰਕ ਜੋ ਹੈ ਤਿਆਰ ਕਰਕੇ ਪਿੰਡ ਵਾਲਿਆਂ ਦੇ ਹਵਾਲੇ ਕਰੀਏ ਤਾਂ ਕਿ ਇੱਥੇ ਬਜ਼ੁਰਗ ਲੋਕ, ਬੀਬੀਆਂ, ਭੈਣਾਂ, ਭੈਣ ਭਰਾ ਇੱਥੇ ਆ ਕੇ ਸੈਰ ਕਰਨ। ਅਤੇ ਫੁਲਵਾੜੀ ਸੇਵਾਦਾਰ ਦੇਖੋ, ਇਸ ਵੇਲੇ ਰਾਤ ਦਾ 7:30-8 ਵਜੇ ਦਾ ਟਾਈਮ ਹੈ ਅਤੇ ਰਾਤ ਨੂੰ 10 ਵਜੇ ਤੱਕ ਜੋ ਸੇਵਾ ਹੈ ਇੱਥੇ ਚੱਲਦੀ ਰਹਿੰਦੀ ਹੈ। ਔਰ ਜੋ ਕੰਮ 10 ਦਿਨਾਂ ਦੇ ਵਿੱਚ ਪੂਰਾ ਹੋਣਾ ਸੀਗਾ, ਉਹ ਕੰਮ ਅੱਜ 5 ਦਿਨਾਂ ਦੇ ਵਿੱਚ ਫਤਿਹ ਕਰ ਰਹੇ ਨੇ ਸਾਡੇ ਮਲਕੀਤ ਭਾਅ ਜੀ, ਸਾਡੇ ਲਵ ਸਾਈ ਜੀ ਅਤੇ ਛਿੰਦਾ ਭਾਅ ਜੀ, ਭਾਗੂ ਜੀ ਅਤੇ ਮਹਿੰਦਰਪਾਲ ਸੇਵਕ ਜੀ। ਅਸੀਂ ਇਹਨਾਂ ਦਾ ਤੇ ਦਿਲੋਂ ਧੰਨਵਾਦ ਕਰਦੇ ਹਾਂ ਜਿਹੜਾ ਆਪਣਾ ਕੀਮਤੀ ਸਮਾਂ ਕੱਢ ਕੇ ਔਰ ਪਾਰਕ ਦੀ ਸੇਵਾ, ਗੁਰੂ ਘਰ ਦੀ ਸੇਵਾ ਕਰ ਰਹੇ ਹਨ। ਸੋ ਸਾਧ ਸੰਗਤ ਜੀ, ਅੱਜ 2 ਨਵੇਂ ਸੇਵਾਦਾਰ ਵੀ ਆਏ ਨੇ, ਚੁਨੂ ਮੁਨੂ, ਅਮਿਤ ਅਤੇ ਸੁਮਿਤ। ਹਾਂਜੀ ਸੇਵਾਦਾਰੋ, ਕੰਮ ਕਰੋ ਕੋਈ। ਅਤੇ ਵਾਹਿਗੁਰੂ, ਦੇਖੋ ਰਾਤ ਦਾ ਵੇਲਾ ਹੈ, ਲਾਈਟਿੰਗ ਲਗਾ ਕੇ ਕਾਰਜ ਪੂਰੇ ਕੀਤੇ ਜਾ ਰਹੇ ਹਨ। ਪਾਰਕ ਦੇ ਵਿੱਚ ਘਾਹ ਲਗਾਏ ਜਾ ਰਹੇ ਹਨ, ਸੋਹਣੇ ਸੋਹਣੇ ਦੇਖੋ ਹਿੱਜ ਵਾਲੇ ਬੂਟੇ ਲਾਏ ਗਏ ਨੇ, ਇੰਨੇ ਵਧੀਆ ਜੋ ਹੈ ਛਾਂਦਾਰ ਬੂਟੇ ਲਾਏ ਗਏ ਹਨ। ਅਤੇ ਪਾਰਕ ਹਰੀ ਭਰੀ ਜੋ ਹੈ ਬਣਾਉਣ ਦੀ ਪੂਰੀ ਕੋਸ਼ਿਸ਼ ਜੋ ਹੈ, ਪੂਰੀ ਮੁਹਿੰਮ ਜੋ ਹੈ ਚੱਲ ਰਹੀ ਹੈ। ਅਤੇ ਵਾਹਿਗੁਰੂ ਜੀ, ਅਸੀਂ ਜਲਦੀ ਤੋਂ ਜਲਦੀ ਇਸ ਕੰਮ ਨੂੰ ਫਤਿਹ ਕਰਾਂਗੇ। ਬਸ ਸਾਨੂੰ ਜੋ ਹੈ NRI ਵੀਰਾਂ ਦਾ ਅਤੇ ਪਿੰਡ ਵਾਸੀ ਸਹਿਯੋਗੀ ਸੱਜਣਾਂ ਦਾ ਸਹਿਯੋਗ ਦੀ ਲੋੜ ਹੈ, ਜਿਹਦੇ ਕਰਕੇ ਇਹ ਕਾਰਜ ਨਿਰੰਤਰ ਜੋ ਸੇਵਾ ਹੈ ਇੱਦਾਂ ਹੀ ਜਾਰੀ ਰਹਿਣ, ਵੱਧ ਚੜ੍ਹ ਕੇ ਆਪਣੀ ਜੋ ਨੇਕ ਕਮਾਈ ਹੈ, ਉਸ ਨੇਕ ਕਮਾਈ ਦਾ ਜੋ ਦਸਵੰਧ ਹੈ ਉਹ ਜ਼ਰੂਰ ਫੁਲਵਾੜੀ ਸੇਵਾਦਾਰਾਂ ਤੱਕ ਪਹੁੰਚਾਉਣ ਦੀ ਕਿਰਪਾ ਕੋਸ਼ਿਸ਼ ਕਰਨ, ਤਾਂ ਕਿ ਇਹ ਜੋ ਨਿਰੰਤਰ ਸੇਵਾ ਚੱਲ ਰਹੀ ਹੈ, 6ਵੇਂ ਪਾਤਸ਼ਾਹ ਦੀ ਪਾਵਨ ਪਵਿੱਤਰ ਧਰਤੀ, ਚਰਨ ਛੋਹ ਪ੍ਰਾਪਤ ਧਰਤੀ ਕਸਬਾ ਨਰਾਲਾ, ਇਹ ਜੋ ਪਾਰਕ ਬਣ ਰਹੀ ਹੈ ਪਿੰਡ ਦੇ ਸੈਂਟਰ ਪੁਆਇੰਟ ਦੇ ਵਿੱਚ ਬਣ ਰਹੀ ਹੈ, ਇਸ ਸੈਂਟਰ ਪੁਆਇੰਟ ਦੇ ਵਿੱਚ ਇੱਕ ਸੋਹਣੀ ਜਿਹੀ ਛੋਟੀ ਜਿਹੀ ਪਾਰਕ ਜੋ ਹੈ ਤਿਆਰ ਕੀਤੀ ਜਾ ਰਹੀ ਹੈ। ਫਿਲਹਾਲ 1.5 ਕਨਾਲ ਦੇ ਵਿੱਚ ਇਹ ਪਾਰਕ ਤਿਆਰ ਹੋ ਰਹੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਇਹ ਪਾਰਕ ਜੋ ਹੈ 1.5 ਕਿੱਲੇ ਦੇ ਵਿੱਚ ਤਬਦੀਲ ਹੋ ਜਾਏਗੀ। ਅਤੇ ਇਹ ਜੋ ਸੇਵਾ ਹੈ ਤਕਰੀਬਨ 3 ਸਾਲ ਤੋਂ ਨਿਰੰਤਰ ਸੇਵਾ ਚੱਲ ਰਹੀ ਹੈ ਅਤੇ ਗੁਰਦੁਆਰਾ ਸਾਹਿਬ ਦਾ ਜੋ ਚਗਿਰਦਾ ਹੈ ਉਹ ਹਰਿਆ ਭਰਿਆ ਬਣਾ ਦਿੱਤਾ ਗਿਆ ਹੈ ਫੁਲਵਾੜੀ ਸੇਵਾਦਾਰਾਂ ਵੱਲੋਂ। ਉਸ ਤੋਂ ਇਲਾਵਾ ਪੱਤਰਕਾਰ ਸਰਦਾਰ ਸਰਵਤ ਸਿੰਘ ਜੀ ਕੰਗ, ਜਿਨ੍ਹਾਂ ਨੇ ਪਿੰਡ ਦੇ ਆਲੇ ਦੁਆਲੇ ਦੀ ਨੁਹਾਰ ਬਦਲਣ ਲਈ ਕਾਫੀ ਹਰਿਆਵਲ ਲਈ ਰੁੱਖ ਬੂਟੇ ਜੋ ਹੈ ਲਗਾਏ ਨੇ, ਔਰ ਅਸੀਂ ਧੰਨਵਾਦ ਕਰਦੇ ਹਾਂ ਸਰਵਤ ਸਿੰਘ ਜੀ ਕੰਗ, ਮੋਹਣ ਭਾਅ ਜੀ ਅਤੇ ਸਾਰੇ ਹੀ ਸੇਵਾਦਾਰਾਂ ਦਾ। ਜੋ ਇਸ ਵੇਲੇ ਸਰਵਤ ਭਾਅ ਜੀ ਦੀ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਇਹਨਾਂ ਦਾ ਤਕਰੀਬਨ 1 ਮਹੀਨੇ ਪਹਿਲਾਂ ਐਕਸੀਡੈਂਟ ਹੋਇਆ ਸੀ, ਤੋ ਇਸ ਵੇਲੇ ਉਹ ਬੈੱਡ ਰੈਸਟ 'ਤੇ ਹੈ, 1 ਮਹੀਨਾ ਹੋ ਗਿਆ ਉਹ ਸੇਵਾ ਦੇ ਉੱਤੇ ਨਹੀਂ ਪਹੁੰਚ ਰਹੇ ਨੇ, ਲੇਕਿਨ ਉਹਨਾਂ ਦਾ ਸਾਥ, ਉਹਨਾਂ ਦਾ ਹੁਲਾਰਾ, ਉਹਨਾਂ ਦਾ ਜੋ ਹੌਸਲਾ ਹੈ ਉਹ ਸਾਡੇ ਨਾਲ ਹੈ, ਉਹ ਸਾਡੀ ਹੌਸਲਾ ਅਫਜਾਈ ਜੋ ਹੈ ਫੋਨ 'ਤੇ ਹੀ ਕਰਦੇ ਰਹਿੰਦੇ ਹੈ, ਔਰ ਅਸੀਂ ਜਦੋਂ ਵੀ ਟਾਈਮ ਨਿਕਲਦਾ ਹੈ, ਟਾਈਮ ਮਿਲਦਾ ਹੈ, ਅਸੀਂ ਭਾਅ ਜੀ ਕੋਲ ਜਾ ਕੇ ਠੀਕ ਹੈ ਮੁਲਾਕਾਤ ਕਰਕੇ ਆਉਂਦੇ ਹਾਂ, ਚਾਹੇ ਉਹਨਾਂ ਨੂੰ ਮਿਲ ਕੇ ਆਉਂਦੇ ਹਾਂ। ਅਤੇ ਉਸ ਤੋਂ ਇਲਾਵਾ ਜੋ ਹੈ
ਘਾਹ ਜੋ ਹੈ ਪਾਰਕ ਦੇ ਵਿੱਚ ਪਰਲੇ ਬੰਨੇ ਦੇਖੋ ਪੂਰਾ ਘਾਹ ਲਗਾ ਦਿੱਤਾ ਗਿਆ ਹੈ ਔਰ ਇਸ ਪਾਸੇ ਜੋ ਹੈ ਸੇਵਾਦਾਰ ਘਾਹ ਦਾ ਕਾਰਜ ਜੋ ਹੈ ਕਰ ਰਹੇ ਹਨ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।